よってんな。तीन छे तीन नौ एक पंप तीन छे तीन नौ दो पंप तीन तीन छे तीन नौ चार पंप ਇਸ ਵੇਲੇ ਚੱਲਦੀ ਹੈ। ਹਾਂ ਬਾਈ ਸਤਿ ਸ਼੍ਰੀ ਅਕਾਲ ਜੀ। ਸਪਰੇਅ ਕਾਹਦੀ? ਡੀਲੇ ਦੀ। ਡੀਲੇ ਦੀ ਕਰ ਰਿਹਾ। ਪ੍ਰਧਾਨ ਜੀ ਵੀ ਆ ਰਹੇ ਆ। ਮਲਗੀਤ ਬਾਈ ਇਹ ਕਿਹੜੇ ਜਿੱਦਾਂ ਪ੍ਰਧਾਨ ਯੂਨੀਅਨ ਦਾ ਤੁਹਾਡੀ ਯੂਨੀਅਨ ਦਾ ਮਾਲਾ ਇਹਦਾ ਗਰੁੱਪ ਦਾ ਉਹ ਕਿੰਨੇ ਹੋ ਗਏ? ਇਹ ਪੰਜ ਹੋ ਗਏ। ਪੰਜ ਹੋ ਗਏ ਪੂਰੇ। ਇਹਦੇ ਚ ਅੱਧੇ ਤੋਂ ਜ਼ਿਆਦਾ ਪਾਣੀ ਪਹਿਣਾ ਵੀ ਹੈਗੀ ਜੀ। ਅੱਧੇ ਤੋਂ ਜ਼ਿਆਦਾ ਪੈਦਾ ਥੋੜ੍ਹਾ ਹੋਰ ਪੈਦਾ। ਠੀਕ ਆ ਸਰ, ਹੁਣ ਆਪਣਾ ਦੇਖ ਕੇ ਕਰੀ ਆ ਬਚਾ ਕੇ ਨੌ ਨੌ ਕਹਿੰਦਾ ਕੈਮ ਬਾਕੀ ਬਾਈ ਘੱਟ ਵਾਲੀ ਨਿਊਜ਼ੀਲੈਂਡ ਲੱਗੇ ਦੇ ਸਪਰੇਅ ਕਰਨ ਇੰਜਣ ਡੀਜ਼ਲ ਪੰਪ ਨਾਲ ਮਿਲੋ ਜੀ ਇੱਧਰ। ਸਤਿ ਸ਼੍ਰੀ ਅਕਾਲ ਜੀ। ਇਹ ਉਹਨੂੰ ਜ਼ੂਮ ਕਰਨ ਲੱਗਿਆ ਕਿਹੜੀ ਆ ਰਹੀ ਕਹਿੰਦੇ ਨੂੰ ਡੀਲਾ ਡੀਲੇ ਵਾਲੀ ਕਿਉਂ ਭਲਾ ਜਾਂਦਾ ਹੋਣਾ ਸੈਂਪਰ ਸੈਂਪਰ ਇਹਦੀ ਹੈਗੀ ਆ ਨੀਜ਼ਲ ਕੋਈ ਰੇਸ ਘੱਟ ਹੁੰਦਾ ਇੰਨੀ ਉਹ ਰੇਸ ਘੱਟ ਰੱਖ ਰੇਸ ਘੱਟ ਰੱਖ ਰੇਸ ਘੱਟ ਰੱਖ ਪਹਿਲਾਂ ਜਾ ਚ ਨਹਾਉਣਾ ਇੱਥੇ ਰੱਖ ਰੇਸ ਕੋਈ ਫਾਇਦਾ ਨਹੀਂ ਦਾ खेतीबाड़ी करता इन्हें पंप बना पंच का सर जाना ਜਾ ਲੱਗੀ ਨੌ ਲੈਣਾ ਪੰਪ ਬਣ ਕੇ ਸੱਤ ਕਿਤੇ ਦੋ ਪੰਪ ਕਿੱਥੇ ਲਿਆ ਤਾਂ ਜ਼ੋਰ ਪਾਣੀ ਪਵਾਇਆ ਤਾਂ ਉਹਨੂੰ ਪਿਆ ਦੁਬਾਰਾ ਨਹੀਂ ਪਹਿਲੇ ਪੰਪ ਤੇ ਪਤਾ ਲੱਗ ਜਾਂਦਾ ਬੰਦੇ ਨੂੰ ਪੰਪ ਤੇ ਨਹੀਂ ਪਤਾ ਲੱਗਦਾ ਲੈਣਾ ਬਣਾ ਲਵੇ ਇੱਕ ਪੰਪ ਤੇ ਪਤਾ ਲੱਗ ਜਾਂਦਾ ਘੱਟ ਵੱਧ ਹੋ ਜਾਂਦਾ ਪਾਣੀ ਉਹਦੇ ਤੋਂ ਪਾਣੀ ਆਪਣਾ ਹੋਰ ਫਿਲ ਲੱਗਦਾ ਉਹ ਵੀ ਤੁਸੀਂ ਕਹਿੰਦਾ ਵੀ ਇੱਕ ਪੰਪ ਲਾ ਕੇ ਪਤਾ ਲੱਗੇ ਕਿੰਨੇ ਲੈਣਾ ਲੱਗਦਾ ਆਹੋ ਫਿਰ ਲੈਣਾ ਗਿਣਦੇ ਨਾ ਸਹੀ ਪਹਿਲਾਂ ਲੈਣਾ ਗਿਣ ਲਵੇ ਗਿਣ ਲੈਣਾ ਲੈਣਾ ਫਿਰ ਪਤਾ ਲੱਗ ਜਾਣਾ ਲੈਣਾ ਗਿਣ ਕੇ ਲੈਣਾ ਨੂੰ ਉਹ ਵੀ ਗਿਣਨੀ ਪੈਣੀ ਫਿਰ ਵੀ ਗਿਣਨੀ ਪੈਣੀ ਆ ਗਲਤ ਇੱਕੋ ਹੀ ਆ ਗਈ ਪਹਿਲਾਂ ਲੈਣਾ ਗਿਣ ਕੇ ਵੰਡ ਦੇ ਉਹਨੇ ਨੇ ਲੈਣਾ ਗਿਣੀਆਂ ਹੁਣ ਪਹਿਲਾਂ ਪੰਪ ਲਾ ਕੇ ਫਿਰ ਲੈਣਾ ਗਿਣ ਲਵਾਂ ਮੈਂ ਕੀ ਫਰਕ ਹੈ ਮੈਂ ਉਹ ਚ ਕਿੰਨੇ ਡੱਬੇ ਪੈਣੇ ਪੈ ਨਹੀਂ ਹਿਸਾਬ ਗੱਲ ਆ ਵੀ ਮੈਂ 9 ਲੈਣਾ ਲਾਉਣੀਆਂ ਜੇ 8 ਲੈਣਾ ਲਾਉਣੀ ਇੱਕ ਪੰਪ ਗੱਲ ਇੰਨੇ ਕੱਢਦੇ ਉਹਨੇ ਹਾਂ ਇੱਕੋ ਗੱਲ ਹੋ ਗਈ ਹੈ ਇੱਕੋ ਗੱਲ ਆ ਕਹਿੰਦਾ ਸਰ ਅੱਛੇ ਭਾਈ 265 ਦਾ ਸੌਦਾ ਕਰਾ ਮੈਨੂੰ ਕਿਹੜਾ ਦਊਗਾ ਲੈ ਕੇ ਆਇਆ ਕਰਾ ਦਈਏ ਮੈਂ ਲੈਣਾ ਉਹ ਠੀਕ ਹੈ ਟਰੈਕਟਰ ਵਧੀਆ ਹੁਣ ਸ਼ਾਮ ਨੂੰ ਸੌਦਾ ਕਰਾਊਗਾ ਅੱਜ ਠੀਕ ਹੈ ਵੀਡੀਓ ਨੂੰ ਕਰਾ ਦਿੰਦੇ ਆ ਜਾਇਜ਼ ਕਰਾ ਦਈਏ ਠੀਕ ਹੈ ਤੇਰੇ ਹਿਸਾਬ ਨਾਲ ਕਿੰਨੇ ਦਾ ਬਣਾ ਚਾਹੀਦਾ ਮਾਡਲ ਤਾਂ ਨਹੀਂ ਨਾ ਮੈਨੂੰ ਪਤਾ 98 ਮਾਡਲ ਹੈ ਹੈ 98 ਕਿੰਨੇ ਦਾ ਬਣੂਗਾ ਦੱਸਣਾ ਮੈਂ ਕਿੰਨੇ ਦਾ ਬਣੂਗਾ 98 ਮਾਡਲ ਦਾ ਪੈਂਟ ਚਲਾ ਕੇ ਦੇਖ ਲਈਆ ਇਹ ਤਾਂ ਹੀ ਦੱਸੂਗਾ ਹੁਣ ਤੈਨੂੰ ਇਹਨੂੰ ਜ਼ਿਆਦਾ ਪਤਾ ਬੋਲਣੇ ਤੇ ਹੌਲੇ ਭਾਈ ਉਹਦੇ ਕਹਿਣੇ ਮੂਰੇ ਬਾਅਦ ਚ ਰੇਟ ਕਰੂਗੇ ਕੈਮਰੇ ਦੇ ਬਾਅਦ ਕੈਮਰੇ ਦੇ ਬਾਅਦ ਕਰੂਗੇ ਰੇਟ ਇਦਾਂ ਨਹੀਂ ਇਹਨੂੰ ਜ਼ਿਆਦਾ ਪਤਾ ਇਹ ਕਹਿੰਦੇ ਕਹਿੰਦਾ ਤੁਸੀਂ ਸੜੋ ਇੰਨਾ ਕਹਿੰਦੇ ਤੇ ਆਏ ਆ ਫਿਰ ਵੀ ਕੀ ਦੱਸ ਨਾ ਇਦਾਂ ਦਾ ਹੁਣ ਮੈਂ ਤੈਨੂੰ ਕਿਆ ਦੱਸ ਦਵਾਂਗਾ ਮੈਂ ਕੱਟ ਦੂੰਗਾ ਜੇ ਨਹੀਂ ਰੂਟ ਲੱਗਿਆ ਤੇਰਾ ਹੈ ਕੱਟ ਦੂੰਗਾ ਵੀਡੀਓ ਨਹੀਂ ਰੂਟ ਲੱਗਿਆ ਤੇਰਾ ਰੇਟ ਵਾਲਾ 265 ਟਰੈਕਟਰ ਹੈ 265 ਹਾਂ
ਮੈਂ ਤਾਂ ਲਾਇਆ ਵੀ 1 ਲੱਖ 10 ਦਾ ਲਾਇਆ ਉਹ ਇੰਨਾ ਕਿ ਮੈਂ ਲਾਇਆ ਬਾਈ 1 10 20 ਦਾ ਯਾਰ 65 ਟਨ ਚਾਹ ਫੇ ਤੂੰ ਵੀ ਲੇਗਾ ਮਾਡਲ ਵੀ 97 98 ਯਾਰ ਨਵੇਂ ਮਾਡਲ ਹੁਣ ਮੇਰੇ ਕੋਲ 8 ਮਾਡਲ ਆ 2475 ਉਹ ਕਿਤੇ ਹੁਣ 3 ਦਾ ਜੇ ਲੈ ਜਾਊਗਾ 2.5 ਦਾ ਮਸਾਂ ਜਾਣਾ ਉਹਨੇ ਫੇ ਮਾਡਲ ਵੀ 8 ਆ ਉਹਦੇ ਨਾਲ 10 ਸਾਲ ਉੱਪਰ ਆ ਡੇਢ ਵਾਰੀ ਮੰਗਦਾ ਇਹਦਾ ਕੁਝ ਹੈਗਾ ਪਹਿਲਾਂ ਵੀ ਆ ਜਾਣੇ ਮਰਜ਼ੀ ਪਹਿਲਾਂ ਆ ਲਿਆ ਉਹਨੇ ਮੰਗਿਆ 2 ਲੈ ਤੂੰ ਜਿਹਨੇ ਮਰਜ਼ੀ ਜਾ ਮੰਗਿਆ 2 ਲੱਖ ਦਾ ਜਾ ਹਾਂ जिमीदार ਸਿਲੈਂਡਰ ਨੂੰ ਰੋਟਾਵੀਟਰ ਆਪਾਂ ਕੋਲੇ ਆਏ ਹੋ ਪੱਟਾ ਪਾਉਂਦਾ ਹਾਂ ਹੈ ਉਹ ਵੀਡੀਓ ਤੇ ਹੁੰਦਾ ਮੈਂ ਗਿਆ ਪਤਾ ਰਿਸ਼ਤੇ ਨਹੀਂ ਮੈਨੂੰ ਨਾ ਉੱਥੇ ਪੱਟਾ ਪਾਉਂਦਾ ਨਹੀਂ ਬੜਾ ਕੇ ਜਾਈ ਅੱਛਾ ਉਹ ਹਾਂ ਉੱਧਰ ਮੁੱਕਿਆ ਜਾ ਕੇ ਬੰਪ ਤਿੰਨ ਘੰਟਾ ਫਰੀ ਤੇ ਉੱਧਰ ਮੁੱਕੇ ਕਰਨ ਕਿਆ ਕਿਹੜੇ ਕੱਢੇ ਹੈ ਕਿਆ ਸੈਟ ਕੱਢੇ ਆ ਨੋ ਤਿੰਨ ਗਏ ਆ ਤਿੰਨ ਆਏ ਤਿੰਨ ਫਿਰ ਗਏ ਆ ਤਿੰਨ ਗਏ ਆ ਤਿੰਨ ਆਇਆ ਤਿੰਨ ਫਿਰ ਗਏ ਆ ਤਿੰਨ ਫਿਰ ਗਏ ਆ ਬਸ ਉੱਧਰ ਪੰਪ ਮੁੱਕ ਗਿਆ ਹੋਰ ਫਿਰ ਬਾ ਠੀਕ ਪੰਪ ਪੰਪ ਲੱਗ ਗਏ ਦੋ ਟ੍ਰੈਕਟਰ ਦੀ ਗੱਲ ਕਰਦੇ ਦੋ 265 ਕਿੰਨਾ ਉਹ ਹਾਂ ਲਿਓ ਲਈਏ 475 ਉਹਨੂੰ ਪੁੱਛ ਕੇ ਦੇ ਲਈ ਕਿੰਨੇ ਰੇਟ ਲੱਗ ਗਿਆ 275 ਦਾ ਕਿੰਨਾ 1.5 ਲੱਖ ਰੁਪਏ ਲੱਗ ਗਿਆ ਉਹ 1 ਲੱਖ ਲੱਗ ਗਿਆ ਉਹਦਾ ਇਹਨੂੰ ਕਿਆ ਪਤਾ ਕੰਪਿਊਟਰ ਇਹਨੂੰ ਲੈ ਕੇ ਤਾਂ ਜਾਂਦੇ ਨਹੀਂ ਕਿਤੇ ਸੌਦਾ ਕਰਨ ਕੋਈ ਨਹੀਂ ਲੈ ਕੇ ਜਾਂਦੇ ਮੈਂ ਕਿਹਾ ਵੀ ਸਾਲੇ ਉਹ ਵੀ ਤੂੰ ਤਾਲਾ ਕੰਮ ਕਰਤਾ ਇਹਨੇ ਹਾਂ ਦਲਵੀਰ ਵਾਲੇ ਤੂੰ ਤਾਲਾ ਕੰਮ ਇੱਕ ਇੱਕ ਬੋਲੀ ਲਾ ਦਵਾ ਕਹਿੰਦਾ ਤਾਂ ਇੱਕ ਬੋਲੀ ਲਾ ਦਵਾ ਸਾਰੀ 50 ਤੇ ਉਹ 6000 ਮੰਗੇ ਉਹ 4 ਦਵੇ ਇਹ ਆ ਕੇ ਕਹਿੰਦਾ ਦੇ ਦੇ 3000 ਰੁਪਿਆ ਉਹ ਠੇਕੇਦਾਰ ਉੱਤੀ ਛੱਡ ਕੇ ਭੱਜ ਗਿਆ ਉਹ 4 ਦਿੰਦਾ ਦਾ 475 ਰੁਪਏ ਠੀਕ ਆ 475 ਬੈਟਰ ਆ ਪੂਰੇ ਭਾਈ ਰੂਟਾਵੇਟਰ ਵੀ ਚਲਾਈ ਜਾਣਾ 8-8 ਦੀਆਂ ਤਵੀਆਂ ਵੀ ਚਲਾਈ ਜਾਣੀਆਂ ਰੂਟਾਵੇਟਰ 7 ਫੁੱਟ ਐ ਆਰਾਮ ਨਾਲ ਖਿੱਚਣਾ ਉਹਨੂੰ ਵਧੀਆ ਕੰਮ ਕਰੀ ਜਾਣਾ ਉਹਨੇ ਫਿਰ ਰੂਟਾਵੇਟਰ ਦਾ ਹੀ ਟਾਈਮ ਆਇਆ ਰੂਟਾਵੇਟਰ ਬਿਨਾ ਦੱਸ ਕਿਹੜੀ ਆਪਣੇ ਉਰੇ ਭਾਈ ਚੱਲਣਾ ਰੂਟਾਵੇਟਰ ਦੇ ਰਹੇ ਪਾਸੇ ਨੂੰ ਕਾਕੰਡਾ ਵਿਚਣਾ ਤਾਂ ਹੋਰ ਆਪਾਂ ਗੌਰ ਕਾ ਦੇ ਲਈ ਕਿੰਨੀਆਂ ਲੈਣਾ ਕਿੰਨੇ ਪੰਪ ਤੇਰੇ ਠੀਕ ਆ ਸੱਚੀ ਮੋਟਰ ਬੈਕ ਸਾਈਡ ਮੋਟਰ ਵੀ ਨਵੀਂ ਪਾ ਲਈ ਉਹ ਬਾਈ ਮੰਮੀ ਜਿਹੀ ਆਪਾਂ ਬਾਜ਼ਾਰ ਤੇ ਲੈਂਦੇ ਨਾ ਅੰਬ ਉਹ ਚੂਸਣੇ ਦਾ ਅੰਬ ਨਹੀਂ ਦੇਗਾ ਉਹ ਕੱਟ ਖਾਣ ਵਾਲਾ ਅੰਬ ਦਾ ਉਹ ਬਾਈ ਪੁੱਛਣਾ ਤੂੰ ਬਾਈ ਕਾਹਦੇ ਵੜਤਾ ਬਸ ਫਿਰ ਉਹ ਹੋ ਗਿਆ ਨਾ ਜਦ ਵੰਡ ਵੜਈਆ ਵੰਡ ਵੜਈਆ ਹੋਇਆ 47 ਵਾਲੀ ਵੰਡ ਹੋਈ ਆ ਸਾਡੇ ਹਿੱਸੇ ਚ ਚਲੇ ਗਈ ਇਹ ਜਦ ਕੱਟੋਗੇ ਨੁਕਸਾਨ ਨਹੀਂ ਹੋ ਗਿਆ ਤਾਂ 47 ਚ ਇੱਕ ਨਾ ਇਹਨਾਂ ਦਾ ਹੋ ਗਿਆ ਜੇ ਵੰਡ ਹੋਈ ਨਹੀਂ ਵੰਡ ਹੋ ਗਈ ਇਹ ਭਾਈ ਆ ਗਿਆ ਦੇ ਦੋ ਯਾਰ ਹੈ ਜਿਹਨੂੰ ਆ ਗਿਆ ਦੇ ਦੋ ਅਗਲਾ ਕਹਿੰਦਾ ਚੌਰਾ ਕਰਦਾ ਸਾਨੂੰ
ਪਰ ਬਾਈ ਚੀਜ਼ ਤੀ ਉਹ ਓਲੂਆਂ ਦੇ ਜਾ ਕੇ ਦੇਖ ਲਈ ਕਿੰਨੇ ਅੰਬ ਖੜੇ ਆ ਯਾਰ 13 14 ਅੰਬ ਖੜੇ ਆ ਵੀਰੇ ਹਰੇਕ ਨੂੰ ਸਿੱਖਿਆ ਹੋੜੀ ਦਿਖਦੇ ਆਪਾਂ ਨੁਕਸਾਨ ਥੋੜੋ ਆ ਚੀਜ਼ ਵੀ ਆ ਖਾਣ ਨੂੰ ਯਾਰ ਪੰਮੇ ਯਾਰ ਉਹੀ ਕੀਲੇ ਫਸਲ ਬੋਣੀ ਉਹਦੇ 'ਚ ਅੰਬ ਖੜੇ ਹੋਣ ਤੇ ਕਿਆ ਫਾਇਦਾ ਐ ਜੇ ਫੜਾ ਦੇ ਵੀ ਕਹਿ ਲੈਣਾ ਚਲੋ ਭਾਈ ਮਰਜ਼ੀ ਦੇ ਪਰ ਹੋ ਜਾ ਅੰਬ ਨਹੀਂ ਬਾਈ ਤੇ ਕਦੇ ਮੈਂ ਦੇਖਿਆ ਹੋਰ ਪਾਸੇ ਆੜ ਪਿੰਡ 'ਚ ਵੀ ਪੰਮੇਰਾ ਦੇ ਬਾਪੂ ਨੇ ਤੋੜ ਨਹੀਂ ਤੇ ਦਿੰਦੇ ਕਿਸੇ ਨੂੰ ਅਸੀਂ ਬਹੁਤ ਗਾਹ ਪਾਇਆ ਬਾਈ ਇਹਨਾਂ ਦੇ ਅਸੀਂ ਇਹਦੀ ਅੰਬੀਆਂ ਤੋੜ ਕੇ ਥੱਲੇ ਗੇਰ ਹੋਣੀਆਂ झाड़ दे दी गुस्सा ਨਹੀਂ ਇਹਦੇ ਕਿ ਨੁਕਸਾਨ ਨਹੀਂ ਕਰਦੇ ਨਾ ਇਹਦਾ ਚੀਜ਼ ਅਨਮੋਲ ਯਾਰ ਇਹ ਕਿਤੇ ਛੇਤੀ ਤੁਰਦਾ ਬਹੁਤ ਜੀ ਜੀ ਇਹ ਕਿਤੇ ਦਿਨਾਂ ਚ ਹੁੰਦਾ ਯਾਰ ਛੋਟੇ ਜਿਹੇ ਡੰਡਾ ਮਾਰ ਕੇ ਦੇਖ ਲਓ ਨਾ ਟੱਕਰ ਤਾਂ ਮਾਰ ਨਹੀਂ ਹੋਵੇ ਭੁੱਕੇ ਸਾਧੂ ਉਹਨੂੰ ਨਾ ਕਰੀ ਵੀ ਅੰਬ ਦਾ ਝਾੜ ਨਹੀਂ ਆ ਦਰਖਤ ਵੱਢਣਾ ਉਹ ਵੀ ਅੰਬ ਵਰਗਾ ਬਾਈ ਮਾੜਾ ਚੱਲੀ ਉਹਦੇ ਨੂੰ ਤਾਂ ਚੱਲੀ ਲੋ ਬਾਈ ਆ ਗਏ ਖੇਤ ਚ ਸਤਿ ਸ੍ਰੀ ਅਕਾਲ ਜੀ ਆ ਗਏ ਬਾਈ ਉਦਣ ਦਾ ਕੰਮ ਰਹਿੰਦਾ ਰਹਿੰਦਾ ਅੱਜ ਆਏ ਆ ਦੋਵੇਂ ਡੋਲਾ ਸਾਰੀਆਂ ਬਣਾਤੇ ਦੀਆਂ ਰਹਿ ਗਈ ਥੋੜੀਆਂ ਆ ਰਹਿ ਗਈ ਦੀ ਕਾਹ ਕੋ ਗਵਲੀ ਬਾਕੀ ਕੋ ਦੀ ਥੋੜੀ ਜੀ ਵਿੱਚ ਬਟਨ ਵਿੱਚ ਨੇੜੇ ਪੈਂਦੀ ਹੈ ਮੋਟਰ ਨਹੀਂ ਉੱਪਰ ਨੂੰ ਘੁੰਮਦਾ ਤਾਂ ਬਹੁਤ ਦੂਰ ਪੈਂਦੀ ਹੈ ਬਹੁਤ ਨੇੜੇ ਆ ਜੇ ਕਿਤੇ ਉੱਪਰ ਘੁੰਮਣਾ ਪਏ ਬਹੁਤ ਦੂਰ ਪੈਂਦਾ ਯਾਰ ਉੱਥੇ ਮੋਟਰਸਾਈਕਲ ਆ ਜਾਵੇਂ ਵਿੱਚ ਆ ਆ ਸਾਰਨੇ ਦੇ ਖੇਤ ਆ ਗਿਆ ਤਿੰਨੇ ਆ ਤਿੰਨ ਕੀ ਇੱਕ ਕਿੱਲਾ ਦੋ ਤਿੰਨ ਚਾਰ ਕਿੱਲੇ ਆਪਣੇ ਖੇਤ ਮਾ ਆ ਗਏ ਚੌਥੇ ਕਿੱਲੇ ਤੇ ਚੌਥੇ ਨਹੀਂ ਜ਼ਰੂਰੀ ਹੁਣ ਆ ਵੀ ਤਾਂ ਤੇਰਾ ਕਿੱਲਾ ਗਿਆ ਹੋਣਾ ਇੱਥੇ ਤੇ ਰੌਤਾਂ ਦੀ ਪਈ ਤੇ ਰੌਤਾਂ ਵਾਲਾ ਨਾ ਨਾ ਉੱਧਰ ਨੂੰ ਘੁੰਮਣੇ ਨਾਲ ਜੇ ਤੁਰ ਕੇ ਆਉਣਾ ਇੱਥੇ ਤੇ ਮਹਾ ਮਾਂਡਾ ਦੇਖੀਏ ਫਿਰ ਆ ਜਿਹੜੀ ਹੁਣ ਕਣਕ ਜੋਗੀ ਕਿਉਂਕਿ ਪਾੜ ਪੈ ਜਾਵੇ ਨਾ ਕੱਖ ਅੰਡਾ ਸੁੱਕ ਜਾਣਾ ਫਿਰ ਮੀਂਹ ਤਾਂ ਨਹੀਂ ਦੱਸਿਆ ਹੋਇਆ ਮੀਂਹ ਦੱਸਿਆ ਹੋਇਆ ਪਰਸੋਂ ਨੂੰ ਬੰਨੀ ਚੌਥੇ ਨੂੰ ਸਮਝ ਸਕਦਾ ਕੱਲੂ ਬਾਅਦ ਕੱਖ ਮੀਂਹ ਹੈਗਾ ਬਾਈ ਇਹ ਤਿੰਨ ਦਿਨ ਬਾਅਦ ਆ 15 ਤਰੀਕ ਨੂੰ ਹਾਂ ਪਰਸੋਂ ਨੂੰ ਲੇਜਰ ਕਰਾ ਦੇਣਾ ਮੀਂਹ ਤੇ ਪਹਿਲੇ ਦੇ ਕਰਾ ਦੇ ਤੂੰ ਹਾਂ ਮੀਂਹ ਤੇ ਪਹਿਲੇ ਦੇ ਕਰਾ ਦੇ ਨਹੀਂ 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 ਪਹਿਲਾਂ ਕਰਾ ਦੇ ਮੀਂਹ ਤੇ ਉਹੀ ਤਾਂ ਕਹਿਣਾ ਯਾਰ ਮੈਂ ਕਹਿੰਦਾ ਹੁਣ ਬਾਅਦ ਬਾਕੀ ਹੋਊਗਾ ਨਾ ਇਹ ਤਾਂ ਬਾਕੀ ਹੋਣਾ ਸਾਰੇ ਲੱਗਦਾ ਰਸਤਾ ਉਹ ਇਹਨੂੰ ਸਾਰੇ ਹੀ ਲੱਗ ਗਿਆ ਉਹ ਵੀ ਪੰਚਾਇਤ ਦੀ ਜਗ੍ਹਾ ਜਿਹੜੀ ਉਹ ਹੈ ਜਿੱਥੇ ਸਾਫ਼ ਸਫਾਈ ਕਰੀ ਮੈਂ ਕਹਿੰਦਾ ਸਬਜ਼ੀ ਸੁਬਜੀ ਬੜੀ ਹੋਵੇ ਆਲੂ ਸਬਜ਼ੀ ਦਾ ਕੰਮ ਔਖਾ ਥੋੜਾ ਜਿਹਾ ਗੰਨਾ ਹੀ ਠੀਕ ਹੈ ਗੰਨਾ ਲੋਟ ਹੈ ਆਪਾਂ ਨੇ ਗੰਨੇ ਖਾਤਰ ਲਈ ਇਹ ਆਪਣੀ ਬੂਟੇ ਕਰਦੇ ਨੇ ਉੱਧਰ ਸਾਰੀ ਗੰਨੀ ਹੈਗੀ ਹੈ ਛੋਟੇ ਪਿੰਡ ਆ ਨਾ ਛੋਟੇ ਪਿੰਡ ਹੈ ਜਮਾ ਹੀ ਨੇੜੇ ਨੇੜੇ ਆਬਾਦੀ ਬਹੁਤ ਘੱਟ ਆਬਾਦੀ ਆ ਰੌਤਾਂ ਦੀ ਕਿੰਨੀ ਆਬਾਦੀ ਪੰਮੇ ਕਿੰਨੀ ਰੌਤਾਂ ਹੈਗਾ 100 ਬੰਦਾ ਰੌਤਾਂ ਪਿੰਡ ਦਾ 100-150 ਬੰਦਾ ਹੀ ਆ ਰੌਤਾਂ ਪਿੰਡ ਦਾ ਜਣੀ ਜੇ ਪੰਚ ਖੜ ਨਾ ਪਤਾ ਲੱਗ ਜਾਂਦਾ ਮੈਨੂੰ ਵੋਟ ਕਿੰਨੇ ਪਾਈ ਕਿੰਨੇ ਨਹੀਂ ਪਾਈ ਇੰਨੇ ਵੋਟਾਂ ਸਰਪੰਚੀ ਦਾ ਰੌਤਾਂ ਚ ਹੈ ਨਹੀਂ ਪੰਚੀ ਹੋ ਇਹ ਸਰਪੰਚੀ ਵੋਟ ਉੱਧਰ ਪੈਦੀ ਆ ਨਾ ਪੈਣੀ ਪੈਂਦੀ ਆ ਜੀ ਜ਼ਮੀਨ ਸਾਰਾ ਕੁਝ ਰੋਪੜ ਵਿੱਚ ਆ ਉੱਥੇ ਘਰੇ ਮੇਰੀ ਗੱਲ ਸੁਣ ਲਾ ਘਰ ਹੋਣਗੇ ਸਾਰੇ ਹੀ 10 ਘਰ ਹੋਣੇ ਮਸੀ ਨਵੇਂ ਉਹ ਵੀ ਨਵੇਂ ਬਣੇ ਵੇ 10-15 ਘਰ ਹੋਣਗੇ ਹਦ 10-15 ਕਿੱਥੇ ਆ 10 ਹੋਣੇ ਮਸੀ 10 ਵੀ ਹੋਣੇ ਮੈਂ ਕਹਿੰਦਾ 100 ਫਿਰ ਇਹ ਕਿਹੜੇ ਦੂਰ ਆ 2-3
ਫਿਰ 100 ਵੀ ਨਹੀਂ ਬਣਦੀ ਵਾਦੀ ਇਸ ਐਵੇਂ 100 ਵੀ ਨਹੀਂ ਹੋਣੀ ਫਿਰ 10 ਘਰ ਆ 7 ਗਣ ਲੱਗ ਗਿਆ ਇੱਕ ਘਰ ਮੈਂ 4-5 ਬੰਦੇ ਰੱਖ ਲਾ 10 ਘਰ ਬਣ 50 ਬਣ ਹੋ ਗਏ ਫਿਰ ਤਾਂ 50 ਬੰਦੇ ਹੋ ਗਏ 10 ਰੱਬੀ ਨੂੰ ਇਹਨਾਂ ਸਾਲੇ ਸੁੱਖੇ ਰਹਿ ਸਣੇ 10 ਕਹੂੰਗੇ ਬਸ ਸੁੱਖੇ ਨੇ ਵੀ ਰੌਦਾਂ 'ਚ ਪੈਂਦੇ ਨਾ ਰੌਦਾਂ 'ਚ ਇਹ ਵੀ ਰੌਦਾਂ 'ਚ ਆ 40-50 ਬੰਦੇ ਬਣੇ ਫਿਰ ਤਾਂ ਹੈ 40-50 ਬੰਦੇ ਬਣੇ ਇੰਨੇ ਕੀ ਬਣਦੇ ਬਸ ਛੋਟਾ ਪਿੰਡ ਆ ਹਾਂ ਤਾਂ ਹੀ ਤਾਂ ਭੈਣੀ ਨਾਲ ਇਹ 700 ਵੋਟ ਦਾ ਆਉਣੇ ਪਿੰਡ ਦੀ ਆ ਮੈਂ 700 ਵੋਟ ਆਪਣੇ ਪਿੰਡ ਦੀ ਆਪਣੇ ਮੁਕਾਬਲੇ ਵਿੱਚ ਝੱਲੀਆਂ ਹੋਊਗੀ ਜੇ 700 ਵੋਟ ਆਪਣੇ ਪਿੰਡ ਦੀ ਜਨਸੰਖਿਆ ਤਾਂ 1000 ਮੰਨ ਕੇ ਚੱਲ 300 ਨਾਲ ਵੀ ਹੋਊਗਾ 300 ਆਹੋ ਯਾਰ ਬੈ ਇੰਨੀ ਕੀ ਝੱਲੀਆਂ ਹੋਊਗੀ ਝੱਲੀਆਂ 450 ਵੋਟ ਆ ਝੱਲੀਆਂ ਘੱਟ ਘੱਟ ਵੋਟ ਆ ਜਾਂਦੀ ਆਪਣੀ ਮਾਲਾ ਝੱਲੀ ਦੀ ਘੱਟ ਹੈ ਮਾਲਾ ਝੱਲੀ ਦੀ 11 1200 ਵੋਟ ਬਣਦੀ ਹੁੰਦੀ ਭਾਵਲ ਵੀ ਘੱਟ ਹੈ ਪੈਣੀ ਆਪਣੀ ਜਿੰਨੀ ਹੋਊਗੀ ਪੈਣੀ ਕਿੱਥੇ ਆਪਣੀ ਜਿੰਨੀ ਆ ਪੈਣੀ ਵੀ ਪੈਣੀ ਚੌਂਤੀ ਪੈਣੀ ਐਡਾ ਦਾ ਪਿੰਡ ਆ ਯਾਰ ਪੈਣੀ ਕਿਹੜਾ ਪਿੰਡ ਆ ਪੈਣੀ ਪੈਣੀ ਯਾਰ ਰੌਤਾਂ ਦੀ ਵੀ ਨਹੀਂ ਆਪਣੀ ਜਿੰਨੀ ਹੈਗੀ ਆਹੋ ਛੋਟੇ ਛੋਟੇ ਪਿੰਡ ਆ ਬਾਈ ਉਰੇ ਗਾਹਾਂ ਚੌਂਤੇ ਦੋ ਹੋ ਗਏ ਫਿਰ ਛੋਟੇ ਛੋਟੇ ਪਿੰਡ ਆ ਆਪਣੇ ਇਧਰ ਛੋਟੇ ਪਿੰਡ ਆ ਇਧਰ ਬਾਕੀ ਪੰਜਾਬ ਦਾ ਬੱਬਲ ਬੜੇ ਪਿੰਡ ਆ ਕੀ ਯਾਰ ਤਾਂ ਸਾਡੇ ਬੇਲਾ ਲਾ ਦੇ ਤਾਂ ਨਹੀਂ ਹੋਣੀ ਇੱਕ ਮਾਲਾ ਪਿੰਡ ਦਾ ਆਇਆ ਵਾ ਉੱਥੇ ਜਲੰਧਰ ਦਾ ਇੱਕ ਐਮਐਲਏ ਆ ਐਮਐਲਏ ਦੇ ਹਲਕੇ ਚ 1.5 ਲੱਖ ਵੋਟ ਹੁੰਦੀ ਪਾਉਣੇ 2 ਲੱਖ ਬੱਲੇ ਕਿੰਨੇ ਪਿੰਡ ਆ ਕਿੱਡਾ ਪਿੰਡ ਹੋ ਗਿਆ ਆਪਣੇ ਰੋਪੜ ਦੇ ਵਿੱਚ ਮਤਲਬ ਜੀ 100 ਤੋਂ ਉੱਪਰ ਪਿੰਡ ਐਮਐਲਏ ਦੇ ਸਾਰਾਂ ਦੀ ਜੋੜ ਕਰਕੇ ਦੱਸਤਾ ਬੰਦੇ ਕਿੱਡਾ ਪਿੰਡ ਹੋਊਗਾ ਮੇਰ ਆ ਬਈ ਕਿੱਡਾ ਪਿੰਡ ਹੋਊਗਾ ਮੈਨੂੰ ਤਾਂ ਉਮੀਦ ਨਹੀਂ ਖਬਰੇ ਗਾਇ ਕਬ ਟੱਲੇ ਛੱਡ ਗਿਆ ਕੋਈ ਕਿੱਡਾ ਪਿੰਡ ਕਿੱਥੇ ਹੋਣਾ 30 ਵਾਲਾ ਪਿੰਡ ਬਾਈ 30 ਵੋਟ ਬਹੁਤ ਹੁੰਦੀ 30000 ਮੈਂ ਅਸੀਂ ਕਿਹੜਾ ਹਾਂ ਹੋਊਗਾ ਭਾਈ ਆਹ ਚਲੋ ਹਾਂ ਹਾਮੀ ਤਾਂ ਭਰੀ ਜਾਈਦੀ ਆ ਤਾਂ ਗਿਆ ਹੋ ਗਿਆ 2 ਘੜੀ ਜਿਹੜਾ ਵੀ ਕਹਿੰਦਾ ਭਾਈ ਹਾਮੀ ਭਰ ਦੋ ਅਗਲੇ ਗੱਲ ਹੁਣ ਜ਼ਰੂਰੀ ਪੈਨਸ਼ਨ ਨਾ ਨਾ ਠੀਕ ਆ ਹੁਣ ਜੇ ਚਾਚੇ ਨੇ ਕਹਿਤਾ ਤਾਂ ਤੈਨੂੰ ਵੀ ਸਾਹਮਣੇ ਮਰੂਦ ਦਿੱਤੇ ਹਾਂ ਕਰ ਦੋ ਭਾਈ ਦੇਖਦੇ ਆ ਨੈਣਾ ਦੇਖਦੇ ਆ ਭਾਈ ਚੰਦਨ ਨੈਣਾ ਦੇਖਦੇ ਹੁੰਦੀ ਉਰਤੇ ਉਹ ਤਾਂ ਹੀ ਕਿਹਾ ਵੀ ਹਾਂ ਕਰ ਦੋ ਬਸ ਤਾਂ ਕਿਹਾ ਹੋਗਾ ਨਾ ਭਾਈ ਚਾਚੇ ਨੂੰ ਹਾਂ ਹੀ ਕਰਨੀ ਆ ਅੰਬ ਦੇ ਗਿਆ ਉੱਥੇ ਦੇਖ ਲਾ ਵੀ ਅੰਬ ਲੱਗੇ ਵੀ ਕਾਲੇ ਦੀ ਮੋਟਰ ਤਾਂ ਹੀ ਕਿਹਾ ਵੀ ਹਾਂ ਕਰ ਦੋ ਬਸ ਮੈਂ 4 ਨੂੰ ਲਿਆਉਣੇ ਤੇ ਨਾ ਮੈਂ ਤਾਂ ਦੇਖਦਾ ਦਾ 4 ਪਾਉਣਾ ਤੇ ਨੇ ਭਾਈ 4 ਪਾਉਣਾ ਤਾਂ ਮੈਂ ਅਸਲ 'ਚ ਯਾਰ ਲੋਕਡਾਊਨ ਕਰਕੇ ਮੌਸਮ ਬਹੁਤ ਸਾਫ਼ ਤਾਂ ਤਾਂ ਇੰਨੀ ਦੂਰ ਦੇਖਦੇ ਇਹਦਾ ਰੇਂਜ ਹਨਾ ਤਾਂ ਹੁਣ ਦੀ ਗੱਲ ਆ ਨਾ ਜਦ ਦੀ ਗੱਲ ਆ ਜੇ ਕੋਠੇ ਵੀ ਜਿਹੜੇ ਵੀ ਤੁਸੀਂ ਜਦ ਦੀ ਬਤਾ ਬਹੁਤ ਨਾ ਦੇਖਦੇ ਨਾ ਅਸਮਾਨ ਨੀਲਾ ਹੋ ਗਿਆ ਤਾਂ ਪਰ ਤੁਸੀਂ ਲੋਕਡਾਊਨ ਨੂੰ ਨੇਤਰ ਆ ਚੌਥੀ ਮੰਜ਼ਿਲ 'ਤੇ ਜਿਹੜੇ ਬੈਠੇ ਤੇ ਉੱਥੇ ਤੇ ਮੀਂਹ ਆ ਰਿਹਾ ਫਿਰ ਵੀ ਨੈਣਾ ਦੇ ਜ਼ਿਆਦਾ ਨਹੀਂ ਹੋ ਗਿਆ ਆਹੋ ਵਿੱਚ ਦੇਖਦਾ ਨਾ ਚਿੱਟਾ ਜਿਹਾ ਨੈਣਾ ਦੇ ਜਾਂ ਤਾਂ ਜਾ ਬਾਈ ਨੀਲਾ ਦੇ ਜਾਂ ਤਾਂ ਬਾਈ ਫਰਕ ਦਾ ਸਮਾਨ ਦਾ ਬਹੁਤ ਫਰਕ ਰਿਹਾ ਬਹੁਤ ਫਰਕ ਪਿਆ ਯਾਰ ਬਹੁਤ ਜ਼ਿਆਦਾ ਫਰਕ ਦਾ ਇਹ ਜਿਹਾ ਸਾਫ਼ ਸਮਾਨ ਹੋਇਆ ਪਤਾ ਨਾ ਆ ਦੋ ਤਿੰਨ ਵੀ ਮਾਰਚ ਦੇ ਮਹੀਨੇ ਦੇ ਦੇਈਦਾ ਦੇਖ ਲੈ ਬਹੁਤ ਫਰਕ ਤਾਂ ਮਾਰਦਾ ਐਨ ਸਾਫ਼ ਸ਼ੁੱਧ ਕੰਮ ਹੋਇਆ ਪਤਾ ਪੂਰਾ ਕਿਉਂਕਿ ਪੋਲੂਸ਼ਨ ਨਾ ਕੋਈ ਗੱਡੀ ਜਾਂ ਚੱਲਦੀ ਸੀ ਆਪੇ ਨਹੀਂ ਪੋਲੂਸ਼ਨ ਤਾਂ ਨਾ ਕੋਈ ਫੈਕਟਰੀਆਂ ਚੱਲਦੀ ਸੀ ਅਸਮਾਨ ਦਾ ਕੁਦਰਤ ਨੂੰ ਸਾਹ ਆਉਂਦਾ ਉਹ ਟਾਈਮ ਬਾਸ ਹੁਣ ਫਿਰ ਗੱਗਾ ਗੱਲ ਫੜੀ ਬੈਠੇ ਆ ਐਂ ਫੜਿਆ ਵਗੜ ਲੈ ਲੈ ਸਾ ਚੱਲ ਪਤਾ ਫੇਰ ਠੀਕ ਹੈ ਜਿਹੜਾ ਬੜੇ ਬੜੇ ਸ਼ਹਿਰ ਦਿੱਲੀ ਹੋਇਆ ਹੋਰ ਹੋਇਆ ਦਿੱਲੀ ਕੱਲ ਲੁਧਿਆਣੇ ਦੇਖ ਲਓ ਲੁਧਿਆਣੇ ਬਹੁਤ ਹੈ ਲੁਧਿਆਣੇ ਬੁਰਾ ਹਾਲ ਆ ਬਾਈ ਪੋਲੂਸ਼ਨ ਰਾਤ ਨੂੰ ਪਤਾ ਲੱਗਦਾ ਦਿੱਲੀ 'ਚ ਰਾਤ ਨੂੰ ਨਾ ਜਦ ਪ੍ਰਦੂਸ਼ਣ ਦਾ ਪਤਾ ਲੱਗਦਾ ਸਾਲੇ ਬੱਦਲ ਚੜ ਜਾਂਦੇ ਆ ਧੂੰਆਂ ਜਾਂ ਲਾਈਟਾਂ 'ਚ ਲੱਗਦਾ ਪਤਾ ਫਿਰ ਉਹਦਾ ਵੀ ਆਹ ਪ੍ਰਦੂਸ਼ਣ ਹੈ ਮੱਥਾ ਢਾਈ ਗਏ ਭਾਜੀ ਨਾਢਾ ਸਾਹਿਬ ਮੈਂ ਫਿਰ ਆਹ ਕੰਮ ਬਹੁਤ ਕਰਿਆ ਅੱਜ ਅੱਜ ਕੰਮ ਬਹੁਤ ਕਰਿਆ ਬਾਈ ਬਹੁਤ ਕੰਮ ਕਰੀ ਜਿੰਨੇ ਕਹਿੰਦੇ ਲਾਈਟ ਨੱਠ ਗਈ ਪਾਵਰ ਵੀ ਚੱਲਦੀ ਆ ਉੱਥੇ ਕਿਹੜਾ ਦੇਖੂਗਾ ਹੁਣ 3 ਵਜੇ ਭੱਜ ਗਈ ਬਾਬਾ ਫਿਰ ਭੱਜ ਗਈ 3 ਵਜੇ ਅੱਜ ਮੈਂ 4-4.5 ਕਿੱਲੇ ਭਰਤੇ ਪਾਣੀ ਨਾਲ ਗੰਨੇ ਦੇ ਅੱਜ ਤਾਂ ਲੈਟੇ ਬਹੁਤ ਠੀਕ ਆ ਹੁਣੀ ਬੈਣਾ ਆਈ ਆ ਹੈ ਬੈਣਾ ਬੈਣਾ ਤਾਂ ਬਾਈ ਬਹੁਤ ਨੁਕਸਾਨ ਕਰਦਾ ਮੱਕੀ ਕਰਕੇ ਆਉਂਦੇ ਨੇ ਉਧਰ ਕਿੱਥੇ ਆ ਹੁਣ ਤਾਂ ਨਹੀਂ ਹੈ ਉਧਰ ਦੇ ਲੱਗੇ ਕਿੰਨੀ ਅੜੀਆਂ ਜਿੱਥੇ ਲੱਗਦੀਆਂ ਨੱਠ ਕੇ ਗੰਨਾ ਵੀ ਤੋੜਦੀਆਂ ਤਾਂ ਕੱਲ ਅਸੀਂ 20 ਗਣੀ ਹੋਣੀ ਆ ਬੜੇ ਛੋਟੇ ਛੋਟੇ ਆਹੀ ਟੋਲਾ ਜਿਹੜਾ ਉਰੇ ਖੜਾ ਤਾਂ ਉਧਰ ਕਦੇ ਇੱਧਰ ਨੂੰ ਨੱਠ ਜਾਂਦਾ ਕਦੇ ਉਧਰ ਨੂੰ ਨੱਠ ਜਾਂਦਾ ਬਾਈ ਜਿੱਧਰ ਲਲਕਾਰਾ ਜਿਹਾ ਵੱਜ ਗਿਆ ਉਹ ਇੱਥੇ ਹੁਣੀ ਕਿਤੇ ਖੜੀਆਂ ਬੂਲਰਾਂ 'ਚ ਚੱਲ ਬਾਈ ਫਿਰ ਡੰਗ ਕੱਢ ਬਾਕੀ ਆ ਸ਼ਾਮ ਨੂੰ ਪ੍ਰੋਗਰਾਮ ਵੀ ਹੈਗਾ ਤੁਹਾਨੂੰ ਉਹਦੇ ਦਰਸ਼ਨ ਕਰਾਉਂਦੇ ਆ ਸ਼ਾਮ ਨੂੰ ਪ੍ਰੋਗਰਾਮ ਦੇ ਖੇੜੇ ਪਰ ਆ ਜੀ ਮੰਮੇ ਕਹਿੰਦਾ ਹਾਦਾ ਹੈ ਡੀਸੀ ਨੇ ਸਿਆ ਦੇ ਦਿੱਤਾ ਸਾਨੂੰ ਡੀਸੀ ਇਹ ਟਿੱਕਾ ਲਈ ਫਿਰਦਾ ਕਹਿੰਦਾ ਆ ਜਿਓ ਭਾਈ ਟਿੱਕਾ ਲਈ ਬੈਠਾ ਕਹਿੰਦਾ ਸ਼ਾਮ ਨੂੰ ਅੱਜ ਇੱਥੇ ਆ ਜਿਓ ਖੂਪਰ ਚੱਲ ਮੈਂ ਕੋਈ ਨਾ ਭਾਈ ਚੌਂਕੀ ਭਰ ਕੇ ਆਉਂਗਾ ਘੰਟਾ 2 ਘੰਟੇ ਜਾਣਾ ਤਾਂ ਪੈਣਾ ਡੀਸੀ ਸਾਹਿਬ ਦਾ ਆਰਡਰ ਡੀਸੀ ਸਾਹਿਬ ਦਾ ਆਰਡਰ ਹੈ ਚੱਲਦੇ ਆ ਬੈਠਣਾ ਹਾਲੇ ਜਾਣਾ ਪਿੰਡ ਨੂੰ